ਸਾਨਪਰਾਭੂ ਸਤਿ ਸ੍ਰੀ ਅਕਾਲ ਇਹ ਝੋਨਾ 4 ਦਿਨਾਂ ਤੋਂ ਇੱਕ ਵੱਡਾ ਜਾਣ ਵਾਲਾ ਤੇ ਇਹਦੇ ਨਾਲ ਨੱਕਿਆਂ ਕੋਲੋਂ ਥੋੜਾ ਥੋੜਾ ਬਹਿ ਗਿਆ ਕਿਉਂਕਿ ਪਾਣੀ ਬੰਦ ਕਰਿਆ ਹੋਇਆ ਸੀ ਤੇ بارش ਪੈ ਗਈ ਥੋੜੀ ਜਿਹੀ ਹਵਾ ਚੱਲ ਗਈ ਤੇ ਜਿੱਥੇ ਵੀ ਨੱਕਿਆਂ ਦੇ ਨੇੜੇ ਸੀਗੇ ਥੋੜਾ ਥੋੜਾ ਝੋਨਾ ਦੋਗੀਆਂ ਦੇ ਰੂਪ ਵਿੱਚ ਬੈਠਣਾ ਸ਼ੁਰੂ ਹੋ ਗਿਆ ਆਪਾਂ ਨੂੰ ਡਰ ਲੱਗ ਜਾਂਦਾ ਹੈਗਾ ਕਿ ਸਾਰਾ ਹੀ ਨਾ ਵਹਿ ਜਾਵੇ ਜੇਕਰ ਤੁਹਾਡਾ ਬਾਣ ਸੁੱਕਾ ਹੈਗਾ ਜਿਆਦਾ ਪਾਣੀ ਨਹੀਂ ਭਰਿਆ ਹੈਗਾ ਤਾਂ ਇਹ ਨਹੀਂ ਡਿਗੇਗਾ ਕੋਈ ਸਪਰੇਅ ਦੀ ਲੋੜ ਨਹੀਂ ਹੈਗੀ ਇੱਥੇ ਲੋੜ ਹੈ ਸਿਰਫ ਇੱਕ ਚੀਜ਼ ਦੇਖਣ ਦੀ ਜੇਕਰ ਤੁਹਾਡੇ ਝੋਨੇ ਦੇ ਵੱਢਣ ਵਿੱਚ 20 25 ਦਿਨ ਬਾਕੀ ਹੈ ਜਾਂ 15 ਦਿਨ ਤੱਕ ਬਾਕੀ ਹੈ ਤਾਂ ਵੱਟਾਂ ਦੇ ਉੱਪਰ ਢੇੜਾ ਮਾਰ ਕੇ ਦੇਖੋ ਜੇ ਸਿੱਟੀਆਂ ਵਾਲੀ ਸੁੰਡੀ ਹੈਗੀ ਆ ਤਾਂ ਤੁਸੀਂ ਪਰਾਲੀ ਨੂੰ ਆਪਣੇ ਖੇਤ ਚਾਹੇ ਦੱਬਣਾ ਤੇ ਚਾਹੇ ਹੈਪੀ ਆਡਰ ਚਲਾਉਣਾ ਤਾਂ ਉਸ ਤਰੀਕੇ ਦੇ ਨਾਲ ਉਹ ਸੁੰਡੀ ਨੂੰ ਜ਼ਰੂਰ ਕੰਟਰੋਲ ਕਰੋ ਤੇਲਾ ਵਗੈਰਾ ਨਹੀਂ ਇੰਨਾ ਜ਼ਿਆਦਾ ਆ ਰਿਹਾ ਛੋਨਾਂ ਦੇ ਵਿੱਚ ਇਸ ਸਮੇਂ ਬਰਸਾਤਾਂ ਦੇ ਨਾਲ ਕੰਟਰੋਲ 'ਚ ਹੀ ਹੈ ਪਰ ਜੇ ਕੋਈ ਦੌਗੀ ਨੇੜੇ ਜ਼ਿਆਦਾ ਸੰਘਣੀ ਹੈ ਤਾਂ ਉਹ ਬੈਠ ਜਾਂਦੀ ਹੈ ਉਹਦੇ ਨਾਲ ਕੋਈ ਬੜੀ ਵੱਡੀ ਪ੍ਰੋਬਲਮ ਨਹੀਂ ਧੋਲੀ ਤੇਲੇ ਵਾਲੀ ਸਪਰੇ ਪਾਉਣ ਦੀ ਲੋੜ ਨਹੀਂ ਹੈਗੀ